ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ ਸੋ ਗੋ ਐਂਡ ਸਬਸਕ੍ਰਾਈਬ ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ ਕਹੀਂ ਦੇ ਪਰਾਂ ਹੋ ਕੇ ਲੰਘ ਜੇ ਤੂੰ ਮਾਝੇ ਦਾ ਹੈ ਜੱਟ ਵੇ ਮਾਲਵੇ ਦੀ ਜੱਟੀ ਨਾ ਮੈਂ ਕਿਸੇ ਨਾਲੋਂ ਘੱਟ ਵੇ ਯਾਰ ਬੜੀ ਸਤਿ ਸ਼੍ਰੀ ਅਕਾਲ ਜੀ ਰਮਨੀਤ ਨੂੰ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡੇ ਸਾਰਿਆਂ ਦਾ ਫੇਵਰੇਟ ਸ਼ੋਅ ਦਾ ਨਾਮ ਹੈ ਜੀ ਕੰਟੀਨੀ ਸੋ ਦੁਆਬੇ ਵੀ ਗੇੜਾ ਲੱਗ ਗਿਆ ਜੀ ਮਾਝਾ ਵੀ ਕਵਰ ਕੀਤਾ ਅਤੇ ਹੁਣ ਅਸੀਂ ਹੈਗੇ ਜੀ ਮਾਲਵੇ ਦੇ ਖੇਤਰ ਦੇ ਵਿੱਚ ਸ਼ਹਿਰ ਹੈਗਾ ਜੀ ਭੀਖੀ ਕਾਲਜ ਦਾ ਨਾਮ ਹੈਗਾ ਜੀ ਨੈਸ਼ਨਲ ਕਾਲਜ ਭੀਖੀ ਸੋ ਇੱਕ ਵਾਰ ਜ਼ੋਰਦਾਰ ਆਪਣੇ ਲਈ ਤਾੜੀਆਂ ਭਾਈ ਨੈਸ਼ਨਲ ਕਾਲਜ ਭੀਖੀ ਦੇ ਵਿੱਚ ਕਿੱਦਾਂ ਰੌਣਕਾਂ ਲੱਗਣਗੀਆਂ ਆਪਾਂ ਦੇਖ ਲੈਂਦੇ ਹਾਂ ਆਓ ਜੀ ਵੈਲਕਮ ਟੂ ਭੀਖੀ ਕਾਲਜ ਸਰ ਤੁਹਾਡੀ ਬੜੀ ਅੰਗਰੇਜ਼ੀ ਹੈ ਵੈਲਕਮ ਟੂ ਭੀਖੀ ਜੀ ਚਲੋ ਪੰਜਾਬੀ ਬੋਲੋ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਭੀਖੀ ਚ ਜੀ ਆਇਆਂ ਨੂੰ ਤੁਹਾਡਾ ਬਹੁਤ ਜੀ ਆਇਆਂ ਹਾਂਜੀ ਹਾਂਜੀ ਭੀਖੀ ਵੀ ਕਹਿ ਹੋਣਾ ਭੀਖੀ ਕਾਲਜ ਨੈਸ਼ਨਲ ਕਾਲਜ ਭੀਖੀ ਨੈਸ਼ਨਲ ਕਾਲਜ ਭੀਖੀ ਹਾਂਜੀ ਹਾਂਜੀ ਕੀ ਨਾਮ ਹੈ ਤੁਹਾਡਾ ਜਗਦੀਪ ਕੌਰ ਜਗਦੀਪ ਜੀ ਹਾਂਜੀ ਕਿਹੜੇ ਸਬਜੈਕਟ ਨੇ ਆਪਣੇ ਕੋਲ ਰਿਸ਼ਤੇਦਾਰ ਪੁੱਛਣ ਕੁੜੀ ਕੀ ਕਰਦੀ ਹੈ ਫੁੱਫੜ ਜੀ ਸੀ ਪਲੱਸ ਪਲੱਸ ਫੁੱਫੜਿਆ ਵੀ ਪਤਾ ਨੀ ਅਸੀਂ ਤਾਂ ਪੰਜਾਬੀ ਪੰਜੂਬੀ ਪੜ੍ਹ ਕੇ ਸੀ ਪਲੱਸ ਪਲੱਸ ਸਟੈਂਡਰਡ ਹਾਈ ਕੀਤਾ ਹੋਇਆ ਬਹੁਤ 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 ਆਏ ਤੇ ਸੀ ਪਲੱਸ ਹੋਰ ਕਿਹੜੇ ਕਿਹੜੇ ਸਬਜੈਕਟ ਨੇ ਜੀ ਹੋਰਸ ਮੇਰੇ ਕੋਲ ਹੈਗਾ RDBMS ਹੈ RDBMS ਛੋਟਾ ਜਿਹਾ ਨਾਮ ਫੁੱਲ ਫਾਰਮ ਵੀ ਵੱਡੀ ਹੈ ਫੁੱਲ ਫਾਰਮ ਕੀ ਹੈ ਜੀ ਰਿਲੇਸ਼ਨਲ ਹੈ ਰਿਲੇਸ਼ਨਲ ਕੀ ਕੀ ਹੈ ਜੀ ਮੈਂ ਟੀਚਿੰਗ ਕਰਾਂਗੇ ਟੀਚਿੰਗ ਇਸੇ ਕਾਲਜ ਦੇ ਵਿੱਚ ਭਾਗਾਂ ਨਾਲ ਇਸੇ ਕਾਲਜ 'ਚ ਆਵਾਂਗੇ ਹਾਂਜੀ ਹਾਂਜੀ ਹਾਂ ਵਧੀਆ ਵਧੀਆ ਭਾਗ ਭਾਗ ਕਾਲੇ ਦਿਨ ਖੁੱਲਣਗੇ ਜੀ ਇੱਥੇ ਗ੍ਰੈਜੂਏਸ਼ਨ ਸ਼ੁਰੂ ਕੀਤੀ ਹੈ ਇੱਥੇ ਗ੍ਰੈਜੂਏਸ਼ਨ ਕੀਤੀ ਹੈ ਇੱਥੇ ਪੋਸਟ ਗ੍ਰੈਜੂਏਸ਼ਨ ਇੱਥੇ ਹੀ ਪੜਾਵਾਂਗੇ ਪੜਾਵਾਂਗੇ ਇੱਥੇ ਹਾਂ ਇੱਥੇ ਗਾਂ ਜਵਾਕ ਪੜਾਵਾਂਗੇ ਉਹ ਵੀ ਪੜਾਵਾਂਗੇ ਹਣਾ ਉਹ ਵੀ ਪੜਾਵਾਂਗੇ ਉਹ ਵੀ ਜਵਾਕ ਕਹਿਣ ਵੀ ਮੰਮੀ ਵੀ ਯਹੀਂ ਪੜ੍ਹਦੇ ਥੇ ਦਾਦੀ ਜੀ ਵੀ ਯਹੀਂ ਥੇ ਨਹੀਂ ਦਾਦੀ ਤਾਂ ਨਹੀਂ ਥੇ ਨਾ ਬਹੁਤ ਵਧੀਆ ਬਹੁਤ ਵਧੀਆ ਚਲੋ ਬਹੁਤ ਵਧੀਆ ਲੱਗਿਆ ਗੱਲ ਕਰਕੇ ਹੋਰ ਕੋਈ ਗਾਣਾ ਮੈਂ ਡਾਂਸ ਕਰੂੰਗੀ ਅੱਛਾ ਜੀ ਹਾਂਜੀ ਫੁਲਕਾਰੀ ਸੌਂਗ ਤੇ ਫੁਲਕਾਰੀ ਸੌਂਗ ਕੌਰ ਵੀ ਦਾ ਕੌਰ ਵੀ ਜੀ ਦਾ ਹਾਂ ਮੈਨੂੰ ਲੱਗਿਆ ਪਤਾ ਨਹੀਂ ਹੋਣਾ ਨਾ ਨਹੀਂ ਨਹੀਂ ਪਤਾ ਜੀ ਠੀਕ ਹੈ ਕਰੀਏ ਹੁਣ ਜੀ ਕਿ ਕੌਰ ਵੀ ਜੀ ਆ ਰਹੇ ਨੇ ਨਹੀਂ ਨਹੀਂ ਮੈਂ ਆਪ ਹੀ ਕੌਰ ਵੀ ਹਾਂ ਅੱਛਾ ਅੱਛਾ ਆਪ ਹੀ ਕੌਰ ਵੀ ਹੈ ਤੂੰ ਬੱਲੇ 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 ਚਲੋ ਠੀਕ ਹੈ ਜੀ ਬਹੁਤ ਵਧੀਆ ਡਾਂਸ ਸੀ ਥੈਂਕ ਯੂ ਪਤਾ ਮੈਨੂੰ ਪਤਾ ਮੈਂ ਵਧੀਆ ਡਾਂਸ ਕਰਦੀ ਹਾਂ ਤੁਹਾਨੂੰ ਪਤਾ ਕਿ ਹਾਂ ਮੈਂ ਉਹੀ ਸੀ ਵੈਸੇ ਮਜ਼ਾਕ ਜੇ ਸੀ ਕੋਈ ਨਾ ਮੈਂ ਸੀਰੀਅਸ ਲੈ ਗਈ ਚਲੋ ਵਧੀਆ ਜੀ ਵਧੀਆ ਨਾ ਜੀ ਬਹੁਤ ਵਧੀਆ ਗਿੱਧਾ ਪਲੱਸ ਪਲੱਸ ਹੀ ਸੀ ਬਸ ਔਰ ਇਹ ਗਿੱਧਾ ਵੀ ਪਾਵਾਂਗੇ ਓਕੇ ਓਕੇ ਬਹੁਤ ਵਧੀਆ ਲੱਗਿਆ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਡਾਂਸ ਬਹੁਤ ਸੋਹਣਾ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਸਕਰਨ ਸਿੰਘ ਸਰ ਜਸਕਰਨ ਸਿੰਘ ਓਕੇ ਓਕੇ ਕਿੱਥੇ ਰਹਿੰਦੇ ਹੋ ਜੀ ਮੋਰ ਸਿੰਘ ਸਰ ਓਕੇ ਪਰਿਵਾਰ 'ਚ ਕੌਣ ਕੌਣ ਮਾਤਾ ਨੇ ਪਿਤਾ ਨੇ ਭਰਾ ਨੇ ਓਕੇ ਕਿੰਨੇ ਭਰਾ ਨੇ ਤਿੰਨ ਭਰਾ ਹੋਰ ਸਰ ਤਿੰਨ ਭਰਾ ਹੋਰ ਮਤਲਬ ਕਿ ਟੋਟਲ ਚਾਰ ਜਣੇ ਚਾਰ ਸਰ ਚਾਰ ਜਣੇ ਕੀ ਨਾਮ ਹੈ ਚਾਰਾਂ ਦਾ ਸਭ ਤੋਂ ਵੱਡਾ ਨੈਬ ਸਿੰਘ ਸਰ ਫੌਜੀ ਨੈਬ ਸਿੰਘ ਫੌਜੀ ਜੀ ਦੂਜੇ ਨੰਬਰ ਦੇ ਭਰਾ ਸੁਖਦੀਪ ਸਿੰਘ ਫੌਜੀ ਸੁਖਦੀਪ ਸਿੰਘ ਫੌਜੀ ਡੈਡੀ 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 ਤੁਹਾਡਾ ਕਰਨਲ ਸੀ ਨਹੀਂ ਨਹੀਂ ਜਿਹੜਾ ਫੌਜੀ ਉਹ ਜੰਮੀ ਗਿਆ ਕਿਹੜਾ ਯਾਰ ਇੱਥੇ ਕਿੰਨਵਾਂ ਸਾਲ ਹੈ ਬਾਬਾ ਜੀ ਹਾਂ ਪਹਿਲਾ ਸਾਲ ਪਹਿਲਾ ਸਾਲ ਹੀ ਕੀ ਸ਼ੌਂਕ ਨੇ ਸ਼ੌਂਕ ਬੁਲਟ ਦਾ ਬੁਲਟ ਦਾ ਬੁਲਟ ਲੈਣ ਦਾ ਜੀ ਬੁਲਟ ਅਜੇ ਹੈਗਾ ਨਹੀਂ ਹੈ ਨਹੀਂ ਗਾ ਹਜੇ ਲੈਣਾ ਹੈ ਭਰਾ ਨੇ ਆਖਿਆ ਹੈਗਾ ਅੱਛਾ 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 ਹਜੇ ਬੁਲਟ ਲੈਣਾ ਹੈ ਓਕੇ ਚਲੋ ਬਹੁਤ ਵਧੀਆ ਛੇਤੀ ਬੁਲਟ ਤੁਹਾਨੂੰ ਮਿਲੇ ਮੁਕੱਦਰਾਂ ਦੁੱਖ ਦੁੱਖ ਕਰਿਓ ਫਿਰ ਹਾਂ ਜੀ ਹਾਂ ਹੋਰ ਗਾਉਣ ਦਾ ਕੋਈ ਸ਼ਾਇਰੋ ਸ਼ਾਇਰੀ ਸ਼ਾਇਰੋ ਸ਼ਾਇਰੀ ਸ਼ਾਇਰੋ ਸ਼ਾਇਰੀ ਆਓ 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 ਕੁਝ ਯਾਰਾਂ ਨੂੰ ਸੀ ਪਰਖਿਆ ਮੈਂ ਕੁਝ ਮੇਰੀ ਯਾਰੀ ਫਰਖ ਗਏ ਕੁਝ ਯਾਰਾਂ ਨੂੰ ਸੀ ਪਰਖਿਆ ਮੈਂ ਕੁਝ ਮੇਰੀ ਯਾਰੀ ਪਰਖ ਗਏ ਲੱਖ ਬੁਰਾ ਕਿਹਾ ਕੁਝ ਰੁੱਸੇ ਨਾ ਲੱਖ ਬੁਰਾ ਕਿਹਾ ਕੁਝ ਰੁੱਸੇ ਨਾ ਕੁਝ ਬਿਨਾਂ ਕਹੇ ਹੀ ਹਰਖ ਗਏ ਕੈਮਰਾ ਉੱਧਰ ਗਿਆ ਲੱਖ ਬੁਰਾ ਕਿਹਾ ਕੁਝ ਰੁੱਸੇ ਨਾ ਕੁਝ ਬਿਨਾਂ ਕਹੇ ਹੀ ਹਰਖ ਗਏ ਕੁਝ ਖੜੇ ਰਹੇ ਮੁਸੀਬਤ ਮੁਸੀਬਤ ਵਿੱਚ ਮੇਰੇ ਹਾਂ ਬੇਬੇ ਮੁਸੀਬਤ ਹੀ ਆ ਗਈ ਹੈ ਨਾ ਇੱਕ ਹਾਂ ਜੀ ਮੁਸੀਬਤ ਹੀ ਆ ਗਈ ਹੁਣ ਤਾਂ ਜੀ ਮੁਸੀਬਤ ਆ ਗਈ ਅੱਛਾ ਉਹ ਸ਼ੇਰ ਵਧੀਆ ਨਹੀਂ ਮੁਸੀਬਤ ਮੁਸੀਬਤ ਤੇ ਤਾਂ ਬੰਦਾ ਉਹੀ ਖੜ ਜਾਂਦਾ ਹੈ ਹਾਂ ਜੀ ਖੜ ਕੇ ਖੜ ਗਿਆ ਚਲੋ
ਕੁਝ ਖੜੇ ਰਹੇ ਮੁਸੀਬਤ ਵਿੱਚ ਮੇਰੇ ਨਾਲ ਹਾਂ ਕੁਝ ਆਈ ਮੁਸੀਬਤ ਸਰਕ ਗਏ ਸਰਕ ਗਏ ਅੱਛਾ ਸਰਕ ਗਏ ਚਲੋ ਬਹੁਤ ਵਧੀਆ ਬਹੁਤ ਵਧੀਆ ਸਾਰੇ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਕਿਹੋ ਜੀ ਸਤਿ ਸ਼੍ਰੀ ਅਕਾਲ ਨਹੀਂ ਮੈਂ ਮੇਰੇ ਵੱਲੋਂ ਕਿਹਾ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਵੈਲਕਮ ਬਹੁਤ ਵਧੀਆ ਬਹੁਤ ਵਧੀਆ ਥੈਂਕ ਯੂ ਸੋ ਮਚ ਸਰ ਵਧੀਆ ਲੱਗੇ ਗੱਲ ਕਰਕੇ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਅਭਿਜੋਤ ਸਰ ਹੈ ਜੀ ਅਭਿਜੋਤ ਸਰ ਅਭਿਜੋਤ ਓਕੇ ਓਕੇ ਇੱਕ ਵਾਰੀ ਹੋਰ ਆਵੇ ਕੋਈ ਵੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਜਸਪ੍ਰੀਤ ਜੀ ਜਸਪ੍ਰੀਤ ਹਾਂਜੀ ਤੁਸੀਂ ਫਾਦਰ ਹੋ ਇਹਨਾਂ ਦੇ ਨਾ ਨਾ ਜੀ ਇੰਨਾ ਤਾਂ ਕਦੇ ਨਾ ਬੇਟੇ ਐਕਟ ਐਕਟ ਹਾਂ ਕਦੇ ਤਾਂ ਹੋਏਗਾ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਸਰ ਤੁਸੀਂ ਫਾਦਰ ਹੋ ਹਾਂਜੀ ਸਰ ਇਹਦੇ ਹਾਂਜੀ ਮੈਂ ਤੇਰੀ ਘਰ ਵਾਲੀ ਐਕਟ ਭਾਈ ਜੱਦਣ ਦਾ ਵਿਆਹ ਕਰਾਇਆ ਦਾ ਦੋ ਤਿੰਨ ਤਿੰਨ ਚਾਰ ਮਹੀਨੇ ਹੋ ਗਏ ਹਨਾ ਠੀਕ ਹੈ ਸਰ ਐਕਟ ਆ ਓਏ ਮੈਂ ਸੀਰੀਅਸ ਲੱਗਾ ਸਰ ਹਾਂ ਖਰਚਾ ਬਹੁਤ ਵਧਾ ਲਿਆ ਇਹਨੇ ਅੱਛਾ ਖਰਚਾ ਸਾਰਾ ਮੇਰਾ ਅੱਛਾ ਸਰ ਹਨਾ ਹੁਣ ਤਾਂ ਮੇਰੇ ਸਾਹਮਣੇ ਆਪਸ 'ਚ ਤੁਸੀਂ ਹਿਸਾਬ ਕਿਤਾਬ ਵਿਆਹ ਕਰਨਾ ਠੀਕ ਹੈ ਇੱਧਰ ਤੇਰੀ ਬਹੂ ਵੀ ਖੜੀ ਹੈ ਮਤਲਬ ਸਰ ਠੀਕ ਹੈ ਚੱਲ ਫਿਰ ਸੀਰੀਅਸ ਹੋ ਜਾ ਸੀਰੀਅਸ ਪਾਪਾ ਤੂੰ ਸਾਡਾ ਉਹ ਤੁਸੀਂ ਕੰਮ ਧੰਦਾ ਕਰ ਲਿਆ ਕਰੋ ਕੋਈ ਆਸ਼ੀਰਵਾਦ ਦੇ ਇੱਧਰ ਜਾਉਂਦੇ ਰਹੋ ਉਹ ਤੂੰ ਕੰਮ ਧੰਦਾ ਕਰ ਲਿਆ ਕਰ ਕੋਈ ਵਿਹਲਾ ਫਿਰਦਾ ਰਹਿਣਾ ਸਾਰਾ ਦਿਨ ਹੈਗਾ ਬਾਪੂ ਕਿੱਥੇ ਕਰਦਾ ਤੂੰ ਤਾਂ ਤੁਰਿਆ ਫਿਰਦਾ ਵਿਹਲਾ ਇੱਥੇ ਪੱਠੇ ਵੀ ਨਹੀਂ ਲਿਆਉਂਦਾ ਹੈਗਾ ਬਾਪੂ ਲੈ ਕੇ ਤਾਂ ਆਈ ਗੱਲ ਕਿੱਥੇ ਲੈ ਕੇ ਆਇਆ ਸੀ ਇੰਨਾ ਚੰਗਾ ਸਾਊ ਮੁੰਡਾਗਾ ਹੈਂ ਸਾਊ ਤਾਂ ਤੇਰੇ ਬੜੇ ਪਿੰਡ 'ਚ ਚਰਚੇ ਨੇ ਦੱਸਦੇ ਨੇ ਲੋਕ ਤੇਰੇ ਸਾਊਪਣੇ ਬਾਰੇ ਤਾਂ ਨਹੀਂ ਕੀ ਜਾਣਦੇ ਨੇ ਡੈਡੀ ਪਤਾ ਇਹਨੇ ਬੜੇ ਝੰਡੇ ਉੱਪਰ ਕਰੇ ਹੋਏ ਨੇ ਇਹਨੇ ਮੇਰੇ ਬੜੀ ਮੇਰੀ ਇੱਜ਼ਤ ਨੂੰ ਇਹਨੇ ਉੱਪਰ ਚੱਕਿਆ ਹੋਇਆ ਇਹਨੇ ਨਾ ਫਿਰ ਜਦ ਵਿਆਹ ਹੋਣਾ ਹੈ ਤਾਂ ਉਦੋਂ ਕਹਿੰਦੇ ਸਾਡੇ ਇੱਕ ਮੁੰਡਾ ਹੀ ਓਏ ਉਹ ਪਹਿਲਾਂ ਪਤਾ ਨਹੀਂ ਨਾ ਹੁੰਦਾ ਹੈਗਾ ਮੈਂ ਜਦੋਂ ਉੱਥੇ ਆਏ ਸੀ ਤੁਸੀਂ ਦੇਖਣ ਮੈਨੂੰ ਉਦੋਂ ਕਹਿੰਦੇ ਸੀ ਹੀਰਾ ਹੈ ਉਹ ਵਿਆਹ ਲਈ ਸਾਰਾ ਕੁਛ ਕਰਨਾ ਪੈਂਦਾ ਜੀ ਅੱਛਾ ਤੁਸੀਂ ਕਹਿੰਦੇ ਹੁੰਦੇ ਸੀ ਮੈਂ ਸ਼ੇਰ ਆ ਪਿੰਡ ਦਾ ਲਿਆ ਢੇਰ ਹੋ ਗਿਆ ਪੁੱਤਾਂ ਹਾਂਜੀ ਸਦਾ ਨਹੀਂ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਚੜ੍ਹਾਈਆਂ ਵੀ ਨਹੀਂ ਰਹਿੰਦੀਆਂ ਹੈਗੀਆਂ ਜੀ ਹਾਂਜੀ 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 ਫਿਰ ਮੈਂ ਤਾਂ ਭਾਈ ਚੱਲਦੀ ਹਾਂ ਕਿਸੇ ਹੋਰ ਵੱਲ ਕਿਵੇਂ ਬਹੁਤ ਵਧੀਆ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹਨੇ ਕਹਿਣਾ ਤਾਂ ਇਹ ਸੀਗਾ ਵੀ ਮੈਨੂੰ ਬੁਲਾ ਲਿਆ ਕਹਿੰਦਾ ਉਰੇ ਆ ਜਾਓ ਉਰੇ ਆ ਜਾਓ ਕੀ ਨਾਂ ਤੁਹਾਡਾ ਲਖਵਿੰਦਰੀ ਲਖਵਿੰਦਰ ਹਾਂਜੀ ਕੀ ਸ਼ੌਂਕ ਨੇ ਤੁਹਾਡੇ ਬਾਜੀ ਸਟੱਡੀ ਦੇ ਹੀ ਗਾਉਣ ਦਾ ਸਟੱਡੀ ਦੇ ਹੀ ਲਖਵਿੰਦਰ ਚ ਕਿਹੜੀ ਕੁਆਲਿਟੀ ਅੱਡ ਹੈ ਬਾਕੀ ਸਾਰੇ ਨਾਲੋਂ ਤੁਹਾਨੂੰ ਲੱਗਦਾ ਵੀ ਹਾਂ ਵੀ ਇਹ ਮੇਰੇ ਚ ਹੀ ਹੈ ਇਦਾਂ ਦੀ ਤਾਂ ਕੋਈ ਕੁਆਲਿਟੀ ਨਹੀਂ ਹੋਣੀ ਜੀ ਸਾਰਿਆਂ ਨਾਲ ਮਿਲਦੀਆਂ ਜੁਲਦੀਆਂ ਨੇ ਫਿਰ ਵੀ ਕਿਹੜੀਆਂ ਕਿਹੜੀਆਂ ਕੁਆਲਿਟੀਜ਼ ਹੈ ਬਸ ਹੀ ਅੱਛਾ ਕਿਹੜੀ ਗੱਲ ਤੋਂ ਘਰੇ ਗਾਣਾ ਪੈਂਦੀ ਹੈ ਘਰੇ ਤਾਂ ਹੀ ਬਸ ਖੇਡਣ ਤੋਂ ਰੋਕਦੇ ਜੀ ਖੇਡਣ ਤੋਂ ਹਾਂਜੀ ਕੀ ਖੇਡਦੇ ਹੋ ਕ੍ਰਿਕਟ ਹੀ ਕ੍ਰਿਕਟ ਕਿੰਨਾ ਚਿਰ ਮੈਨੂੰ ਹੋ ਗਈ 9-10 ਸਾਲ ਹੋ ਗਈ ਖੇਡ ਓਕੇ ਓਕੇ ਵਧੀਆ 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 ਖੇਡਦੇ ਨੇ ਹਾਂ ਜੀ ਜਦੋਂ ਸਕੂਲ 'ਚ ਪੜ੍ਹਦੇ ਸੀ ਉਦੋਂ ਵੀ ਖੇਡਦੇ ਸੀ ਹਾਂਜੀ ਉਦੋਂ ਵੀ ਉਹਨੂੰ ਲੈਵਲ ਗਏ ਕੋਈ ਡਿਸਟ੍ਰਿਕਟ ਲੈਵਲ ਹਾਂਜੀ ਸਟੇਟ ਰੋਪੜੀ ਸਟੇਟ ਲੈਵਲ ਹਾਂਜੀ ਰੋਪੜ ਗਏ ਹੋ ਹਾਂਜੀ ਬਹੁਤ ਵਧੀਆ ਫਿਰ ਕਿਉਂ ਰੋਕਦੇ ਆ ਸਪੋਰਟ ਕਰਨੀ ਚਾਹੀਦੀ ਉਹਨਾਂ ਕੋ ਵੀ ਖੇਡਣ ਦੋ ਬਸ ਇਹ ਤੁਹਾਨੂੰ ਪਤਾ ਫਿਰ ਪਤਾ ਕਿਉਂ ਰੋਕਦੇ ਆ ਹਾਂਜੀ ਵਿਆਹ ਦੀ ਉਮਰ ਹੈ ਕੱਲ੍ਹ ਨੂੰ ਤੇਰਾ ਵਿਆਹ ਹੁੰਦਾ ਹੋਵੇ ਟੀਮ ਹੀ ਕਰੇ ਲੈ ਕੇ ਤੂੰ ਬੈਟ ਬੋਲ ਖੇਡੀ ਜਾਵੇਂ ਨਹੀਂ ਨਹੀਂ ਵੀਰੇ ਇਦਾਂ ਦੀ ਤਾਂ ਕੋਈ ਗੱਲ ਨਹੀਂ ਹੈਗੀ ਵਿਆਹ ਤੋਂ ਬਾਅਦ ਤਾਂ ਸਭ ਕੁਝ ਛੱਡ ਦਾਂਗੇ ਵਿਆਹ ਤੋਂ ਬਾਅਦ ਹਾਂ ਵਿਆਹ ਤੋਂ ਬਾਅਦ ਤੇ ਬਸ ਉੱਧਰ ਹੀ ਟਾਈਮ ਦੇਣਾ ਹਾਂ ਉੱਧਰ ਹੀ ਦੇਣਾ ਕਿਤੇ ਇਧਰੋਂ ਕਲੀਨ ਬੋਲਡ ਹੋ ਜਾਏ ਨਹੀਂ ਨਹੀਂ ਵੀਰੇ ਇਦਾਂ ਹੀ ਕੋਈ ਗੱਲ ਓਕੇ ਓਕੇ ਕੀ ਸ਼ੌਂਕ ਨੇ ਗਾਉਣਾ ਹਾਂਜੀ ਤੈਨੂੰ ਹੱਸ ਕੇ ਕੀ ਜੇ ਤੱਕ ਲਿਆ ਹੱਥ ਮੁੱਛ ਉੱਤੇ ਜੇ ਰੱਖ ਲਿਆ ਦੱਸ ਇਹਨੇ ਵਿੱਚ ਕੀ ਤੇਰਾ ਚੱਕ ਲਿਆ ਤੂੰ ਅੱਗ ਵਾਂਗੂ ਵਰਗੀ ਨੀ ਉਹ ਹਾਸੀਆਂ ਖੇਡੀਆਂ ਉਹ ਹਾਸੀਆਂ ਖੇਡੀਆਂ ਦਾ ਬੱਲੀਏ ਤੂੰ ਤਾਂ ਗੁੱਸੇ ਹੀ ਕਰਗੀ ਨੀ ਹਾਸੀਆਂ ਖੇਡੀਆਂ ਦਾ ਬੱਲੀਏ ਤੂੰ ਤਾਂ ਗੁੱਸੇ ਹੀ ਕਰਗੀ ਨੀ ਚਲੋ ਜੀ ਦੇਖੋ ਦੇਖੋ ਫਿਰ ਸਾਰੇ ਕੰਟੀਨੀ ਮੰਡੀਰ ਦੇ ਵਿੱਚ ਨੈਸ਼ਨਲ ਕਾਲਜ ਭੀਖੀ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਤੇ ਹੁਣ ਸਾਦੇ ਆਓ ਜੀ ਆਓ ਹੈਲੋ ਰਵਨੀਤ ਹੈਲੋ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਨਿਧੀ ਨਿਧੀ ਕਿੱਥੇ ਰਹਿੰਦੇ ਹੋ ਮਾਨਸਾ ਮਾਨਸਾ ਰਹਿੰਦੇ ਹੋ ਹਾਂਜੀ ਕਿੰਨੇ ਕਿਲੋਮੀਟਰ ਇੱਥੋਂ 30 ਹੈਂ 18 ਨਹੀਂ ਇਹ ਆਉਂਦੇ ਨੇ ਕਿ ਤੁਸੀਂ ਆਉਂਦੇ ਹੋ ਜੀ 18 ਕਿਲੋਮੀਟਰ ਕਿੰਨੇ ਕਿਲੋਮੀਟਰ 18 ਫਸਟ ਈਅਰ ਓਕੇ ਫਸਟ ਈਅਰ ਓਕੇ ਓਕੇ ਪਰਿਵਾਰ ਚ ਕੌਣ ਕੌਣ ਪਾਪਾ ਦਾਦੀ ਭਾਈ ਐਂਡ ਮੈਂ ਪਾਪਾ ਦਾਦੀ ਭਾਈ ਪਾਪਾ ਹੀ ਕਰਦੇ ਨੇ ਕਚਹਿਰੀ ਮੇਂ ਕਾਮ ਹੈ ਉਨਕਾ ਪ੍ਰਾਈਵੇਟ ਓਕੇ ਬਹੁਤ ਵਧੀਆ ਬਹੁਤ ਵਧੀਆ ਕੀ ਹੌਬੀਜ਼ ਨੇ ਤੁਹਾਡੀਆਂ
मेरी सिंगिंग डांसिंग बुक्स पढ़ना बुक्स केड़ी पढ़ी रिसेंटली केड़ी पढ़ी बुक्स अभी तो एमए की चल रही है एमए इंग्लिश की फर्स्ट ईयर अच्छा एमए अंग्रेजी कर रहे हो जी हां जी ग्रेजुएशन पूरी बढ़िया हो गई है हां जी और आगे एमए इंग्लिश आगे थोड़ा एम की है जी प्रोफेसरी वाले पासे टीचिंग वाले पासे हां जी ओके ओके पढ़ाऊंगे जाके यही सोचा अभी तो ओके पढ़ाओ फिर मैं पढ़ना ना जवाब करना इल्सी अंग्रेजी की क्लास ठीक है ठीक ठीक है ठीक है ठीक है की पढ़ावा अंग्रेजी पढ़ाओगे अंग्रेजी दी एमए कर रहे हो और की पढ़ाओगे हले कंप्लीट नहीं हुई कोई नहीं जिन्नी कोई है कुछ आया हो किलोमीटर दोनों नहीं चेता अंग्रेजी थोड़ी होगी फिर करोगे की नहीं नहीं अच्छा इधर इधर करो मैडम जी पर्स देखो मैडम दिखाओ मने पर्स पर्स दिखाओ ए उड़ ओ पढ़ना थोड़े उधर देखना मैडम ने देख लिया बट ठीक है रोज मैडम लेकिन थल्ले मुंह कर कट कापी हां जी मैडम पढ़ाइए टेंसेस टेंस कर रहे हैं अपन हां जी तुम बताओ की होंगे एक बार तीन तरह के होते हैं तेरा की मतलब अभी कल ही तेरी हो मैडम है साडी भी मैडम है हां जब असि नहीं देखते साडे होंगे तू किवें देखदे होए टेंसेस करेंगे आज हम तीन तरह के होते हैं प्रेजेंट पास्ट फ्यूचर वो तीन तरह के होंगे तो ओके है ना इसकी तीन टाइप्स आगे हो रहे हैं चलो थोड़ा लाना है चलो प्रेजेंट टेंस हां जी प्रेजेंट लिख ला होना प्रेजेंट इसकी फोर टाइप्स है हैं इसकी फोर टाइप्स होती अच्छा, है अच्छा कहां चार जवाब हां जी अच्छा कोई सेंटेंस दो ना जी मैम ही वॉक्स स्लोली ही वॉक्स स्लोली ही वॉक्स स्लोली जी हां जी मतलब कि होली जी हां जी होली जी फिर आप होली लिख दे ही बॉक्स होली जी विच स्लोली फिर काम नहीं पूरा होना अच्छा स्लोली हां जी बस अजली बहुत है ना हैं अजली बहुत है ना हां जी इतने बहुत हां जी बाकी कल नु करेंगे आज के कर बस है चल उन चलिए आगे चिट्टा करता हूं मैं मन में अड़े हां भंगड़ा पाउने हैं थैंक यू सो मच मैम थैंक यू सो मच बहुत मजा लगा नाइस टू मीट यू सेम ईयर जी तुम जरूर प्रोफेसर लगो इधर जवाब थोनू टकरन नहीं थैंक यू सो मच थैंक यू माइक मंगा दे कि नहीं छोटा मनेंद्र सिंह बहुत सोनी हाइट ठीक है जी हां जी अब सेम ही है अपनी हां थोड़े लंबे किना थोड़े लंबे चल गए जी आ देखो मैं 6 फुट हूं पूरा हां मैं 5 11 रह गया बस थोड़ा चलो कोई गल नहीं इतना चलदा इतना चलदा जी हां जी कि किथे रहने हो जी लोंगोवाल हां जी ओके की शौक ने थोड़े शौक मेनू डेयरी फार्म है जी मेरा बहुत बढ़िया नाल काम नाल पढ़ाई हां जी ओके थोड़ा मोटा लिख लिखू भी लेने अच्छा लिख दे मियो जी हां जी ओके सुनाओ जी की लिखया जी दाढ़ी नहीं पूरी आई है जी आई नहीं है जी मैं कांत वाली बात तरीका थोड़े कोल हैगा हां जी थोड़े कोल तरीका हैगा थोड़े बढ़िया आई है मणि मोटी मेनू भी दस दो ना मेरे पूरी बढ़िया नहीं आई अच्छा बाकी अरदास करा करो वही है सब कुछ करता धरता चलो सिंपल जे कपड़े ने पाई दे शौक नहीं पार्टियां लीरां दा हां मैं सोचदा सीगा भी आया नहीं कोई भाई आया बहुत अच्छे सिंपल जे कपड़े ने पाई दे शौक नहीं पार्टियां लीरां दा काल जे तुसे कदान तुरी दा साथ लाडी जे वीरां दा हां मैं कह रब इना तो बचाई रखे माड़ा ही हाल अजकल हीरां दा क्या बात है बहुत वधिया जी हां ठीक है थैंक यू जी परिवार च कौन परिवार च मम्मी डैडी ने मैं एक सिस्टर आई ओ ब्याही हुई है तुसी डैडी मेरे हां जी तुम्हारा की नाम है सॉरी नाम मेरा नाम मनेंद्र सिंह मैं मनेंद्र तुसी डैडी ठीक है जी मम्मी कीड़ी लबी है चुप कीती लब दो कोई मम्मी मेरी चुप कीती जी है बस अच्छा चुप कीती जी है हां जी तू किवें मम्मी बन जाएगा यार हाथ चकिया ना चलो ऐ करो आप मम्मी रहन दिए ठीक है ओए आ गया तू चक्के मुंह टकरा नू पानी कौन पिऊगा फ्री है ना चक्के मोटरसाइकिल गेड़े मारदा रखियां के उन्हें अपनी मामा हो जे नहीं सामनियां चुप करके खेत नू तुर जा कख वट के लिया रोनी है कहने डैडी कोई एक अद्धा दिन हसन कढ़न नू भी कोई टाइम पा दो अबर उन्हां दे रस्से ला दे क्यों रखियां ने ओ आई तो नहीं तुसी जाओ डैडी मैं नहीं जांदा चुप करके तुर जा देख ला फिर नहीं डांग पिया मम्मी कित्थे आ इत्थे ही हो किते ओनू पुछणा मैं पुछ लो भी ये कौन लभया ओदे घर दे लभ के दित्ता ओने आप थोड़ी लभया मामियां नू मैं पुछूं चुप करके घर नहीं बैठी दा ना तेरा मुंडा दाढ़ी आई पूरी दाढ़ी नहीं आई
दाढ़ी का तेरी टेंशन जी नहीं आई की क्या करा मैं बापू मेरा की कहां भी दाढ़ी जात जात है और अपने नहीं लांदी फिर हुन कहां अपने की नहीं लांदी लोका ने मेरे जवाक जम्मी ने दाढ़ियां पूरियां ने बहुत बढ़िया लगा सर गल करके थैंक यू सो मच सामने कटियां गावा बहुत बढ़िया बाबे तरक्की देन परिवार नु सत श्री अकाल जी मेहरबानी मेहरबानी वाहेगुरु थैंक यू सो मच थोड़ा नाम है जी संदीप हाँ जी संदीप भीरे ने देखो टाइम काट के ते कला बनाई ए चित्र बनाया बहुत बढ़िया कला बाबा थोड़ा तरक्की देन ते थैंक यू सो मच ते रखूंगा जी साम के मैं रखनी पैनी है भाई होना पक्का बाबा जी पक्का असि तो इन्हें साम के रखे यार थैंक यू सो मच धन्यवाद हाँ फोटो मैं आप ही कर दी मेरा तक कभी छोटा और दिल बड़े होने चाहिए सोने सत्या भाई की ना जी थोड़ा गुरदीप सिंह गुरदीप भीर बहुत सोनी पग पग का रंग बहुत सोना थैंक यू जच भी रहे हो की ना है थोड़ा गुरदीप भीर तू ही पूछ लो फिर घुमा के कितने रहने हो पीखी की शौक है जी गाउन दा जी सुनाओ हेलो हाँ जी चलदा की हाल है तेरा मुद्दत पिछों टकरी है मैं भी बदलिया होवांगा पर तू भी बखरी है दूरों दूरों तक दा रहा बुला भी नहीं सकिया नी मैं कम दिल जा तेरे नेड़े आ भी नहीं सकिया हाँ जी लिख के तेरा नाम मैं सजदा करदा रहिंदा सां नी तू भी दस दे लिख लिख नाम मट्याउंदी सी के नहीं मेरे बारे हुण की तेरा ख्याल मैं नहीं पुछदा उन्हां दिनां विच दस दे मैनू चाहुंदी सी के नहीं बहुत सोहनी आवाज थैंक यू सो मच सत श्रीकाल भाई जी की नाम थोड़ा नाम सुरेंद्र सिंह निकनेम लाडी है ओके थोड़ा नाम जी अर्शदीप सिंह हाँ जी केड़ी क्लास में जी मैं बीएड कर रहा बीएड जी हाँ जी ਤੁਸੀਂ ਕੀ ਤੁਸੀਂ ਬੀਏਡ ਨਹੀਂ ਮੈਂ ਤਾਂ ਬੀਏ ਕਰਦਾ ਜੀ ਅੱਛਾ ਤੁਸੀਂ ਬੀਏ ਕੀ ਸ਼ੌਂਕ ਨੇ ਤੁਹਾਡੇ ਜੀ ਬਸ ਵਿਹਲੇ ਰਹਿਣਾ ਇਹ ਕਿਹੜਾ ਸ਼ੌਂਕ ਹੈ ਜੀ ਬਈ ਆਪਾਂ ਇੱਕ ਸੀਨ ਜਿਹਾ ਬਣਾ ਲੈਂਦੇ ਹਾਂ ਤੂੰ ਮੇਰਾ ਦੋਸਤ ਹੈ ਵੈਸੇ ਵੱਡਾ ਭਰਾਗਾ ਤੇ ਹਾਂ ਫਰੈਂਡ ਆ ਹਾਂ ਵੱਡਾ ਭਰਾ ਠੀਕ ਹੈ ਹਾਂ ਵੱਡਾ ਭਰਾ ਹਾਂ ਹਾਂ ਜੀ ਕਿੰਨਾ ਉਮਰ ਹੈ ਡੇਟ ਆਫ ਬਰਥ ਕੀ ਹੈ ਮੇਰੇ 195 ਹੈ ਤਨ ਸਿਪ ਉਹ ਫਿਰ ਵੱਡਾ ਭਰਾ ਹਾਂ ਜੀ ਤੇ ਮੈਂ ਚਾਹਣਾ ਵੀ ਇਹ ਵੀ ਮੇਰਾ ਭਰਾ ਹੀ ਆ ਅਰਸ਼ਾ ਇਹਦਾ ਨਾਮ ਅੱਛਾ ਆਪਾਂ ਤਿੰਨੇ ਭਰਾ ਹੋਗੇ ਫਿਰ ਨਹੀਂ ਨਹੀਂ ਇਹਦਾ ਭਰਾ ਨਹੀਂ ਹੈ ਇਹ ਮੇਰੀ ਮਤਲਬ ਕਿ ਜੀਐਫ ਆ चकमी चीज बनना मेनू मिलने लिये तरसेंगी ठीक है तू भी गल कोई करी ना स्टैंड दी गल कोई करी ना स्टैंड दी खेडा डालरा च तेरी भी सीरीज गोरी है तेरी सोच ते औकात दोनों तो हुवार जट ने ओ बन जाना चीज गोरिए सोच ते औकात दोनों तो हुवार जट ने ओ बन जाना चीज गोरिए भाई मैं रिप्लाई करना हुण इनू अच्छा कुड़ी दे नाते करना हां जेडी बाहर उठ गई हां आ हुण 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 सुन लगदा ए शहरों तेरा पिंड होना नेड़े तेल पच्चियां दा पाके वे 50 लाउणे गेड़े ओ सेल विचों लेके फिर लाई एन कावे नाले बटन भी खोले ओ किस्तां ते लेके पलटींदा मुंडिया वे पट्टे जाने नहीं पटोले थैंक यू बहुत बढ़िया सत श्रीकाल जी हाँ जी की नाम थोड़ा जसप्रीत सिंह कितने रहने हो जी फरमाही हाँ जी फरमाही ओके केड़ा ईयर इत्थे एरिया नहीं ईयर राजे ईयर तो पहले ही है पहला साल ही है अच्छा जीम बाहर नु काट के नक ना लानी है नहीं ये नहीं होना ना करो सही ट्राई पहला तू देख जे मैं लाती फिर ला देगा फिर कोशिश कर लूं ध्यान ना देखियो ना ठीक है नक ना टच हो पूरा इस साइड पे देख टच हां पंगा पा लिया हुन चल देख लेना हुन शाम तक इत्थे ही खड़े हैं फिर ला हुन
ਚੱਲ ਵੀ ਚੱਲ 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 ਚੱਕ ਚੱਕ ਦੇ ਚੱਕ ਦੇ ਚੱਕ ਦੇ ਮੈਂ ਚੱਕਦਾ ਸੀ ਮਾੜੀ ਮਾੜੀ ਥੋੜ੍ਹੇ ਰਹਿ ਗਿਆ ਫਰਕ ਮੈਂ ਵੀ ਐਂ ਕਰਦਾ ਸੀ ਪ੍ਰੈਕਟਿਸ ਲਾ 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 ਚੱਕ ਦੇ ਗਈ 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 ਮੈਂ ਚੱਕ ਆ ਜਾ ਆ ਜਾ ਆ ਜਾ ਆ ਜਾ ਇਹਨੇ ਇੱਜ਼ਤ ਰੱਖ ਲਈ ਲਾਈ ਆਪਣੇ ਨੱਕ ਨਾਲ ਹੀ ਹਾਂ ਚੱਲ 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 ਚੱਕ ਚੱਕ ਇਹ ਲਾਉਣਾ ਬਾਈ ਇਹ ਲਾਉਣਾ ਨੀ ਮੈਂ ਲਾ ਲਿਆ ਹਸਾਬ ਨਖਰੋ ਤੇਰੇ ਵਰਗੀ ਨਾ ਮੈਨੂੰ ਮਿਲਣੀ ਬੱਜਿਆ ਕਰੇਗੀ ਛੜੀ ਵੱਲੀਏ ਜੇ ਤੂੰ ਮਿੱਤਰਾਂ ਨੂੰ ਨਾ ਕਰਗੀ ਬਹੁਤ ਅੱਛਾ ਆਪ ਲਿਖਿਆ ਜੀ ਅੱਛਾ ਅੱਛਾ ਕਹਿੰਦਾ ਹੈਗਾ ਕਹਿੰਦਾ ਕੋਈ ਬਹੁਤ ਵਧੀਆ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਜਸਪ੍ਰੀਤ ਕੌਰ ਜਸਪ੍ਰੀਤ ਕੌਰ ਤੁਹਾਡੀ ਕੀ ਹੋਬੀ ਸੁਣੀ ਜੀ ਹੋਬੀ ਸਿੰਗਿੰਗ ਸੁਣਾਓ ਜੀ ਗਾਣਾ ਸੁਹੇ ਬੇਚੀਰੇ ਵਾਲਿਆ ਮੈਂ ਕਹਿੰਦੀ ਆ ਸੁਹੇ ਬੇਚੀਰੇ ਵਾਲਿਆ ਮੈਂ ਕਹਿੰਦੀ ਆ ਕਰ ਛਤਰੀ ਦੀ ਸ਼ਾਮ ਸ਼ਾਮੇ ਬਹਿਨੀ ਆ ਕਰ ਛਤਰੀ ਦੀ ਸ਼ਾਮ ਸ਼ਾਮੇ ਬਹਿਨੀ ਆ ਸੁਹੇ ਬੇਚੀਰੇ ਵਾਲਿਆ ਮੈਂ ਕਹਿੰਦੀ ਆ ਕਰ ਛਤਰੀ ਦੀ ਸ਼ਾਮ ਸ਼ਾਮੇ ਬਹਿਨੀ ਆਓ ਜੀ ਆਓ 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 ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਜਗਦੀਪ ਕੌਰ ਜਗਦੀਪ ਕੌਰ ਹਾਂਜੀ ਤੁਹਾਨੂੰ ਸੱਦਿਆ ਨਹੀਂ ਜੀ ਅੱਛਾ ਚਲੋ ਆ ਗਏ ਨਾਲ ਬਹੁਤ ਬਹੁਤ ਵਧੀਆ ਕੀਤਾ ਜੀ ਅਤੇ ਤੁਸੀਂ ਵਿਹੜੇ ਸਾਡੇ ਆਏ ਅਸੀਂ ਫੁੱਲੇ ਨਾਲ ਸਮਾਏ ਹਾਂਜੀ ਕੀ ਕਰਕੇ ਦਿਖਾਓਗੇ ਸਾਨੂੰ ਬੈਣ ਪਾਵਾਂਗੇ ਜੀ ਹੈਂਜੀ ਇਹਦੀ ਸੱਸ ਮਰ ਗਈ ਉਹਦੇ ਬੈਣ ਪਾਉਣੇ ਆ ਅੱਛਾ ਇਹਦੀ ਸੱਸ ਮਰ ਗਈ ਜੀ ਹੈ ਜੀ ਚਲੋ ਜੀ ਵੈਣ ਪਾਉਣ ਲੱਗੀਆਂ ਨੇ ਕੁੜੀਆਂ ਜਿਹੜੀਆਂ ਵੈਣ ਪਾਉਣਾ ਇਹ ਵੀ ਸਾਡੇ ਕਲਚਰ ਦੇ ਵਿੱਚ ਹੀ ਆਉਂਦਾ ਜੀ ਅਤੇ ਕੁੜੀ ਦਾ ਵਿਆਹ ਤਾਂ ਹੋਇਆ ਨਹੀਂ ਪਰ ਐਕਟ ਦੇ ਰਾਹੀਂ ਉਹਦੀ ਸੱਸ ਵੀ ਹੈਗੀ ਉਹਦੀ ਸੱਸ ਉਹਦੀ ਮਰ ਗਈ ਹੈ ਸੋ ਉਹਦੀ ਸੱਸ ਪੂਰੀ ਹੋਈ ਤੀ ਖੁਸ਼ੀ ਹੈ ਕਿ ਗਮੀ ਹੈ ਤੁਹਾਨੂੰ ਅੱਛਾ ਤੁਹਾਨੂੰ ਖੁਸ਼ੀ ਹੈ ਦੋਨੋਂ ਹੀ ਨੇ ਚਲੋ ਦੋਨੋਂ ਹੀ ਹੈ ਜੀ ਖੁਸ਼ੀ ਅਤੇ ਥੋੜ੍ਹੀ ਜਿਹੀ ਗਮੀ ਜ਼ਿਆਦਾ ਖੁਸ਼ੀ ਦੇ ਵਿੱਚ ਵੈਣ ਪਾਓ ਹੈ ਜੀ ਚਲੋ ਜੀ ਨੀ ਸੰਤੀਏ ਕਰੀਆਂ ਆ ਜਾ ਭੈਣੇ ਕਰੀਆਂ ਭੈਣੇ ਕੀ ਹੋ ਗਿਆ ਇਸ ਤੇਰੀ ਸੱਸ ਨੂੰ ਭੈਣੇ ਕੀ ਦੱਸਾਂ ਚੰਗੀ ਬਣੀ ਸੀਗੀ ਰੋਟੀ ਖਾ ਕੇ ਪਈ ਸੀ ਤੜਕੇ ਨੂੰ ਤਾਂ ਉੱਠੂ ਹੀ ਨਹੀਂ ਹੈਗੀ ਕੀ ਗੱਲ ਹੋ ਗਈ ਸੀ ਲੈ ਪਤਾ ਹੁੰਦਾ ਬੰਦਾ ਚਾਰ ਗੱਲਾਂ ਹੀ ਕਰ ਲੈਂਦਾ ਹੋਰ ਭੈਣੇ ਮੈਂ ਤਾਂ ਸਾਰਾ ਦਿਨ ਲੜਦੀ ਰਹਿੰਦੀ ਸੀ ਉਹਦੇ ਨਾਲ ਮੈਨੂੰ ਤਾਂ ਐਸੀ ਦੋ ਚਾਰ ਗੱਲਾਂ ਕਰ ਲੂੰਗੀ ਕਿੱਥੇ ਹੁੰਦੀਆਂ ਨੇ ਫਿਰ ਭੈਣੇ ਕੀ ਹੋ ਗਿਆ ਸੀ ਹਜੇ ਮੈਨੂੰ ਕੱਲ ਪਤਾ ਕੀ ਕਹਿੰਦੀ ਕੀ ਕਹਿੰਦੀ ਪਤਾ ਨਹੀਂ ਯਾਦ ਭੁੱਲ ਗਿਆ ਫਿਰ ਭੈਣੇ ਤੈਨੂੰ ਤਾਂ ਬੈਣ ਬੂਣ ਵੀ ਨਹੀਂ ਪਾਉਣੇ ਆਏ ਫਿਰ ਤੂੰ ਕੀ ਕੀਤਾ ਭੈਣੇ ਕਿੱਥੇ ਆਉਂਦੇ ਸੀ ਮੈਂ ਤਾਂ ਝੰਡੀ ਘੱਟ ਤੇ ਉੱਥੇ ਕੀ ਕਹਿਤਾ ਇਹੋ ਜਿਹਾ ਮੈਂ ਕਿਹਾ ਅੰਗਣ ਸਾਡੇ ਨੀ ਭੈਣ ਤੂੰ ਆ ਕੀ ਕਰਤਾ ਭਾਈ ਮੈਂ ਕੱਲੀ ਚੱਲ ਗਈ ਇਹਨੂੰ ਨਾਲ ਲੈ ਜਾਂਦੀ ਤੇਰੇ ਘਰ ਵਾਲੇ ਨੇ ਕੁਛ ਕਿਹਾ ਕੀ ਕਹਿਣਾ ਸੀ ਭੈਣੇ ਮੈਨੂੰ ਤਾਂ ਦਾਬੀ ਲਿਆ ਕੇ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਬਹੁਤ ਵੱਡਾ ਫੈਨ ਹੈ ਜੀ ਵਾਹਿਗੁਰੂ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਤੁਹਾਡੀ ਲੁਕਿੰਗ ਸੋ ਸਮਾਰਟ ਥੈਂਕ ਯੂ ਤੁਹਾਡੇ ਕਰਕੇ ਜੀ ਸਰ ਤੁਹਾਡੇ ਲਈ ਇੱਕ ਸ਼ੇਅਰ ਸੀ ਹਾਂਜੀ ਹਾਂਜੀ ਸਰ ਸਾਰੇ ਸੋਹਣੇ ਸੂਟ ਪਾ ਕੇ ਆਏ ਹੋਏ ਨੇ ਸਾਰੇ ਸੋਹਣੇ ਸੂਟ ਪਾ ਕੇ ਆਏ ਹੋਏ ਨੇ ਸਾਰੇ ਇੰਨੇ ਸੋਹਣੇ ਸੱਜ ਧੱਜ ਕੇ ਕਿਉਂ ਆਏ ਨੇ ਕਿਉਂਕਿ ਅੱਜ ਇੱਥੇ ਕੰਟੀਨੀ ਮੰਡੀਰ ਵਾਲੇ ਆਏ ਹੋਏ ਨੇ ਥੈਂਕ ਯੂ ਤੁਸੀਂ ਸੋਹਣੇ ਮੈਂ ਸੋਹਣਾ ਸਾਰੇ ਸੋਹਣੇ ਜਿੰਨੇ ਰੱਬ ਨੇ ਬਣਾਏ ਸਭ ਹੀ ਸੋਹਣੇ ਜੀ ਸਰ ਆਈ ਐਮ ਵੈਰੀ ਫਾਈਨ ਯੂ ਵਾਹਿਗੁਰੂ ਵਾਹਿਗੁਰੂ ਜੀ ਯੈਸ ਸਰ ਕੱਟ ਆਉਂਦੀ ਆ ਜੀ ਹਾਂ ਜੀ ਹਾਂ ਜੀ ਬਾਹਰ ਲਈਦੀ ਆ ਥੋੜੀ ਘੱਟ ਕਿਉਂ ਕਿਉਂ ਮੈਂ ਵਧੀਆ ਹੋਰ ਸੁਣਾਓ ਜੀ ਕਿੱਥੋਂ ਬਿਲੋਂਗ ਕਰਦੇ ਹੋ ਆਪਾਂ ਜੀ ਮਾਨਸਾ ਤੋਂ ਸਰ ਮਾਨਸਾ ਤੋਂ ਕੀ ਸ਼ੌਂਕ ਨੇ ਜੀ ਹੋਰ ਕੀ ਸੁਣਾਓ ਸ਼ੌਂਕ ਇੱਕੋ ਹੀ ਆ ਬਸ ਤੁਹਾਡੇ ਵਾਂਗੂ ਸਟੇਜ ਤੇ ਆਉਣਾ ਬਸ ਇੱਕੋ ਹੀ ਐਮ ਤੁਸੀਂ ਜ਼ਰੂਰ ਤੁਸੀਂ ਕੰਟੀਨੀ ਮੰਡੀਰ ਤੁਸੀਂ ਕਰਨਾ ਜੀ ਯੈਸ ਸਰ ਨਹੀਂ ਸਰ ਮੈਂ ਕਾਲਜੀ ਮੰਡੀਰ ਰੱਖਾਂਗਾ ਕੰਟੀਨੀ ਮੰਡੀਰ ਤੁਹਾਡਾ ਹੀ ਰਹੇਗਾ ਸਰ ਅੱਛਾ ਅੱਛਾ ਚਲੋ ਕਾਲਜੀ ਮੰਡੀਰ ਕਰੋ ਜੀ ਹਾਂਜੀ ਸਰ ਲਓ ਜੀ ਅੱਜ ਅਸੀਂ ਪਹੁੰਚੇ ਹੋਏ ਆ ਭਿੱਖੀ ਕਾਲਜ ਨੈਸ਼ਨਲ ਜੋ ਕਿ ਮਾਨਸਾ ਨੈਸ਼ਨਲ ਕਾਲਜ ਭਿੱਖੀ ਨੈਸ਼ਨਲ ਕਾਲਜ ਭਿੱਖੀ ਉੱਥੇ ਚੱਲ ਗਿਆ ਕਹਿੰਦਾ ਭਿੱਖੀ ਕਾਲਜ ਨੈਸ਼ਨਲ ਸਰ ਤੁਹਾਡੇ ਤੋਂ ਹੀ ਸਿੱਖਣਾ ਜੀ ਨਹੀਂ 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 ਸਿੱਖਣਾ ਉਹ ਨਹੀਂ ਬਾਬਾ ਜੀ
ਆਹੀ ਕੰਮ ਕਰ ਰਹੀ ਅੱਜ ਹੈ ਜੀ ਮੈਂ ਹਾਂ ਚੱਲ ਚੱਲ ਫੇਰ ਇੱਕ ਵਾਰੀ ਇੱਧਰ ਨਹੀਂ ਕਰਨਾ ਜੀ ਆਪਾਂ ਤੁਹਾਡਾ ਹੀ ਕਰਨਾ ਉੱਧਰ ਤਾਂ ਉੱਧਰ ਨਾ ਜਾਓ ਜੀ ਯਾਰ ਠੀਕ ਹੈ ਨਹੀਂ ਨਹੀਂ ਚਲੋ ਜੀ ਅੱਜ ਅਸੀਂ ਪਹੁੰਚੇ ਹੋਏ ਹਾਂ ਨੈਸ਼ਨਲ ਕਾਲਜ ਭੀਖੀ ਜੋ ਕਿ ਮਾਨਸਾ ਵਿਖੇ ਹੈ ਅੱਜ ਇੱਥੇ ਬਹੁਤ ਹੀ ਸਾਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬਹੁਤ ਹੀ ਸੋਹਣੇ ਸੋਹਣੇ ਚਿਹਰੇ ਇੱਥੇ ਆਏ ਹੋਏ ਨੇ ਤੁਸੀਂ ਦੇਖ ਸਕਦੇ ਹੋ ਸਾਰੇ ਬਹੁਤ ਹੀ ਸੋਹਣੇ ਸੋਹਣੇ ਬਣ ਕੇ ਆਏ ਹੋਏ ਨੇ ਸਾਰੇ ਹੀ ਸੋਹਣੇ ਸੋਹਣੇ ਚਿਹਰਿਆਂ ਨੇ ਸੋਹਣੇ ਸੋਹਣੇ ਸੂਟ ਪਾਏ ਹੋਏ ਨੇ ਬਹੁਤ ਵਧੀਆ ਥੈਂਕ ਯੂ ਸੋ ਮਚ ਥੈਂਕ ਯੂ ਮੈਂ ਚਸ਼ਮੇ ਲਾਤੇ ਕਿਉਂਕਿ ਇੱਥੇ ਐਨਕ ਵਾਲੇ ਚਸ਼ਮੇ ਵੀ ਬੜੇ ਲਾਏ ਹੋਏ ਨੇ ਬਹੁਤ ਵਧੀਆ ਸਰ ਥੈਂਕ ਯੂ ਜੀ ਆਓ ਜੀ ਆਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਰੁਪਿੰਦਰ ਕੌਰ ਰੁਪਿੰਦਰ ਤੁਹਾਡੇ ਕੀ ਸ਼ੌਂਕ ਨੇ ਜੀ ਸਿੰਗਿੰਗ ਡਾਂਸ ਸਭ ਕੁਝ ਕਰ ਲੈਣੇ ਸਭ ਕੁਝ ਨਕਲ ਵੀ ਲਾਉਣੀ ਹਾਂਜੀ ਕਿਹਦੀ ਚਾਹੇ ਆਪਣੀ ਕਰਵਾ ਲਓ ਮੇਰੀ ਲਾਓ ਹਾਂਜੀ ਹਾਂ ਕੀ ਬੂਥਾ ਜਿਹਾ ਬਣਾਇਆ ਆਹ ਪਾਟੀ ਜੀ ਪੈਂਟ ਪਾ ਕੇ ਆ ਗਿਆ ਇੱਥੇ ਕੱਪੜੇ ਨਹੀਂ ਪਾਉਂਦਾ ਜੱਜ ਤੈਨੂੰ ਆ ਬਾਲਾਂ ਤੇ ਕੀ ਕਰਿਆਗਾ ਚਲੋ ਬਹੁਤ ਵਧੀਆ ਹੋਰ ਕਿਹਦੀ ਨਕਲ ਉਤਾਰ ਰਹੇ ਹੋ ਜੀ ਤੁਸੀਂ ਮੈਡਮ ਦੀ ਜੀ ਕਿਹੜੇ ਮੈਡਮ ਸਰ ਮੈਮ ਦੀ ਕਮਲ ਮੈਮ ਦੀ ਹਾਂਜੀ ਕਮਲ ਮੈਮ ਹਾਂਜੀ ਬੱਚੇ ਅੱਜ ਕਲਾਸ ਚ ਇੰਨਾ ਲੇਟ ਆਏ ਹੋ ਤੁਹਾਨੂੰ ਸੁਣਦਾ ਨੀ ਮੈਂ ਡੇਲੀ ਵਾਸ ਕਰਦੀ ਹਾਂ ਕਿ ਜਲਦੀ ਆਇਆ ਕਰੋ ਇੱਕ ਸਾਧ ਸੁਣੀਦਾ ਬੜੀ ਉਸਦੀ ਸ਼ੋਭਾ ਨੀ ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ ਨਾਲ ਮਾਰਦਾ ਗੋਡਾ ਨੀ ਲੱਕ ਮੇਰਾ ਪਤਲਾ ਜਿਹਾ ਘਰ ਸੈਂਡ ਨਾ ਜੋ ਗਾਣੀ ਲੱਕ ਮੇਰਾ ਪਤਲਾ ਜਿਹਾ ਥੈਂਕ ਯੂ ਸੋ ਮਚ ਓਕੇ ਸਰ ਥੈਂਕ ਯੂ ਬਾਬਾ ਜੀ ਮਾਈਕ ਤਾਂ ਦੇ ਦਿਓ ਚਲੋ ਜੀ ਮੈਂ ਵੱਖ ਵੱਖ ਕਾਲਜਿਸ ਦੇ ਵਿੱਚ ਜਾਣਾ ਹੁੰਦਾ ਜੀ ਅਤੇ ਮੈਨੂੰ ਬਹੁਤ ਟਾਈਮ ਕੱਢ ਕੇ ਪਿਆਰੇ ਪਿਆਰੇ ਗਿਫਟ ਮਿਲਦੇ ਨੇ ਹੈ ਨਾ ਅਤੇ ਪਹਿਲਾਂ ਮੈਂ ਅਲੱਗ ਅਲੱਗ ਬੱਚਿਆਂ ਨੂੰ ਸੱਦਦਾ ਹੁੰਦਾ ਸੀਗਾ ਅਤੇ ਅੱਜ ਮੈਂ ਇੱਥੇ ਸੋਚਿਆ ਕਿ ਮੈਂ ਸਾਰਿਆਂ ਨੂੰ ਜਿਨ੍ਹਾਂ ਨੇ ਮੇਰੇ ਲਈ ਟਾਈਮ ਕੱਢਿਆ ਜਿਨ੍ਹਾਂ ਨੇ ਵੈਸੇ ਤਾਂ ਸਾਰੇ ਬਹੁਤ ਸਪੈਸ਼ਲ ਨੇ ਪਰ ਜਿਨ੍ਹਾਂ ਨੇ ਮੇਰੇ ਲਈ ਕੁਛ ਨਾ ਕੁਛ ਲੈ ਕੇ ਆਏ ਨੇ ਕੁਛ ਕ੍ਰੀਏਟਿਵ ਚੀਜ਼ਾਂ ਮੈਂ ਉਹਨਾਂ ਨੂੰ ਵਾਰੋ ਵਾਰੀ ਕਰਕੇ ਨਹੀਂ ਇਕੱਠਿਆਂ ਨੂੰ ਸੱਦਾਂ ਸੋ ਆ ਜਾਓ ਭਾਅ ਜੀ ਵੀਰੇ ਅੰਦਰ ਬਹੁਤ ਕਲਾ ਹੈ ਜੀ ਬਹੁਤ ਕ੍ਰੀਏਟੀਵਿਟੀ ਹੈ ਵੀਰੇ ਨੂੰ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਬੋਲਣ ਦੀ ਪ੍ਰੋਬਲਮ ਹੈ ਇਸ ਕਰਕੇ ਬਾਈ ਬੋਲ ਨਹੀਂ ਸਕਦਾ ਪਰ ਮੈਂ ਧੰਨਵਾਦ ਕਰਦਾ ਕਿ ਵੀਰੇ ਦੀ ਕਲਾ ਬਾਬਾ ਜੀ ਤੁਹਾਡੀ ਕਲਮ ਨੂੰ ਤੁਹਾਡੀ ਆਰਟ ਨੂੰ ਤੁਹਾਡੀ ਪੇਂਟਿੰਗ ਨੂੰ ਇੱਦਾਂ ਹੀ ਮੇਰੇ ਭਰੇ ਹੱਥ ਰੱਖਣ ਅਤੇ ਥੈਂਕ ਯੂ ਸੋ ਮਚ ਜਗਜੀਤ ਤੁਹਾਡਾ ਨਾਮ ਹੈ ਜੀ ਸੋ ਜਗਜੀਤ ਨੇ ਬਹੁਤ ਵਧੀਆ ਪੇਂਟਿੰਗ ਤਿਆਰ ਕੀਤੀ ਹੈ ਜੀ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ 'ਚ ਰੱਖਣ ਥੈਂਕ ਯੂ ਸੋ ਮਚ ਵੀਰੇ ਥੈਂਕ ਯੂ ਸੋ ਮਚ ਵਾਹਿਗੁਰੂ ਬਹੁਤ ਤੁਸੀਂ ਬਣਾਈਏ ਜੀ ਸਾਰੇ ਕਲਾਕਾਰ ਸਾਰਿਆਂ 'ਚ ਕਲਾ ਵਾਹਿਗੁਰੂ ਆਹ ਫੋਟੋਆਂ ਦੇਖੋ ਜੀ ਵਾਹਿਗੁਰੂ ਥੈਂਕ ਯੂ ਸੋ ਮਚ ਵੀਰੇ ਥੈਂਕ ਯੂ ਸੋ ਮਚ ਜੀ ਧੰਨਵਾਦ ਵਾਹਿਗੁਰੂ ਇੰਨਾ ਪਿਆਰ ਇੰਨਾ ਸਤਿਕਾਰ ਥੈਂਕ ਯੂ ਸੋ ਮਚ ਜੀ ਆਹ ਦੇਖੋ ਸਾਡਾ ਲੋਗੋ ਕੰਟੀਨੀ ਮੰਡੀਰ ਵਾਲਾ ਵੈਲਕਮ ਟੂ ਆਵਰ ਕਾਲਜ ਨੈਸ਼ਨਲ ਕਾਲਜ ਭੀਖੀ ਵੋ ਆ ਗਏ ਮਿਲਨੇ ਹਮੇ ਔਰ ਹਮ ਸਮਝ ਬੈਠੇ ਇਸੇ ਆਪਣੀ ਦੁਆਓਂ ਕਾ ਸਰ ਥੈਂਕ ਯੂ ਸੋ ਮਚ ਜੀ ਬੈਸਟ ਵਿਸ਼ਿਜ਼ ਵਾਹਿਗੁਰੂ ਮੈਂਡੀ ਜੱਸਲ ਹੈ ਨਾ ਜੀ ਥੈਂਕ ਯੂ ਸੋ ਮਚ ਰਿਸਪੈਕਟ ਐਂਡ ਲਵ ਟੂ ਦਾ ਮੋਸਟ ਹੈਂਡਸਮ ਬੋਏ ਵਾਹਿਗੁਰੂ ਬਾਬੇ ਤੁਹਾਨੂੰ ਤਰੱਕੀ ਦੇਣ ਜੀ ਥੈਂਕ ਯੂ ਸੋ ਮਚ ਸੋ ਸਾਰਿਆਂ ਦਾ ਬਹੁਤ ਸਾਰਾ ਧੰਨਵਾਦ ਜੀ ਜਿਹੜੇ ਇੰਨੇ ਪਿਆਰ ਦੇ ਨਾਲ ਗਿਫਟ ਲੈ ਕੇ ਆਏ ਅਤੇ ਇੰਨੀ ਔਕਾਤ ਨਹੀਂ ਹੈਗੀ ਮਹਾਰਾਜ ਇੰਨਾ ਬਖਸ਼ੀ ਜਾਂਦਾ ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਥੈਂਕ ਯੂ ਨੈਸ਼ਨਲ ਕਾਲਜ ਭੀਖੀ ਦੇ ਉਹਨਾਂ ਬੱਚਿਆਂ ਦਾ ਜਿਨ੍ਹਾਂ ਦੇ ਅੰਦਰ ਬਹੁਤ ਕਲਾ ਹੈ ਜੀ ਅਤੇ ਮੇਰੇ ਕਰਕੇ ਸਪੈਸ਼ਲ ਟਾਈਮ ਕੱਢਿਆ ਮਹਾਰਾਜ ਸਭ ਨੂੰ ਤਰੱਕੀ ਦੇਵੇ ਅਤੇ ਤਰੱਕੀ ਆ ਵੀ ਖੜੀ ਹੈ ਇੱਕ ਤਰੱਕੀ ਖੜੀ ਹੈ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਤੁਹਾਡਾ ਗਗਨਦੀਪ ਕੀ ਸ਼ੌਂਕ ਨੇ ਜੀ ਸੌਂਗ ਜੀ ਸੁਣਾਓ ਭੁੱਲਦੀਆਂ ਨਹੀਂ ਉਹ ਗੱਲਾਂ ਮਿੱਠੀਆਂ ਕੀਤੀਆਂ ਜੋ ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ ਰਾਜੇ ਬਾਥਰੂਮ 'ਚ ਥੋੜ੍ਹੀ ਖੜੇ ਆਪਾਂ ਗੱਲ ਥੋੜ੍ਹਾ ਉੱਚੀ ਗਾਓ ਭੁੱਲਦੀਆਂ ਨਹੀਂ ਉਹ ਗੱਲਾਂ ਮਿੱਠੀਆਂ ਕੀਤੀਆਂ ਜੋ ਹਾਂਜੀ ਰਾਤਾਂ ਜਾਗ ਜਾਗ ਕੇ ਸਾਡੀਆਂ ਬੀਤੀਆਂ ਜੋ ਬਹੁਤ ਵਧੀਆ ਰਾਜੇ ਪੇਂਟਿੰਗ ਹੀ ਬਣਾਇਆ ਕਰੋ
हाँ जी बहुत बढ़िया, थैंक यू सो मच, थैंक यू सो मच, थैंक यू सो मच, थैंक यू सो मच। आयो जी आयो, सत्या जी मरे ना बुढ़ापे विच पुत मापे आंदा ना कोई पति नारदा औखी वेले छड्डी ना हथ फड़ के जी किसे मुट्टे आरदा मरे ना बुढ़ापे विच पुत मापे आंदा ना कोई पति नारदा औखे वेले छड़िए ना हथ फड़ के जी किसे मुट्टे यारदा यारियां नी वाइए जान बार के ओ पिट ना दिखाइए मित्रो ओ यारी ला के यार दी जे भैन तकनी ना यारी लाइए मित्रो ओ यारी ला के यार दी जे भैन तकनी ना यारी लाइए मित्रो तो ब्रेक तो बाद एक बार फिर स्वागत थोड़े अपने फेवरेट शो कंटीन्यू मंडीर के नैशनल कॉलेज भिखी बच्चों के बहुत टैलेंट है जी वधिया लग्या सारे नाल गलबात करके मस्ती बहुत की हुण वारी है जी इत्थों दे मैनेजमेंट स्टाफ दे नाल गलबात करन दी सब तो पहला चेयरमैन सर सर सत श्री अकाल जी सत श्री अकाल जी थोड़ा MH1 साडे कॉलेज दे विच पहली बार आए हो थोड़ा बहुत बहुत धन्यवाद तो इस कॉलेज नूं तुसीं आ के चार चन्न लाए ने असीं तुहाडे ऋणी रहांगे थोड़ा धन्यवाद करते हैं सारी मैनेजमेंट वालों बार बार धन्यवाद सत श्री अकाल सत श्री अकाल थैंक यू सो मच सर ने कोई दूजा सवाल पूछण दी है ना दिता ही नहीं माइक सर ने कहा भी अखा बंद करके भी चल भाई चल बस बहुत बढ़िया लगे सर गलबात करके सत श्री अकाल जी प्रिंसीपल सर साढ़े बिच ने सत श्री अकाल जी थोड़ा शुभ नाम जी सतेंद्र ढिल्लों जी ओके ढिल्लों सर तुसी कदों तों बतौर प्रिंसीपल इत्थे कमान सांभी जी मैं लास्ट ईयर जून तों आ जी इत्थे ओके वैसे जॉब तां मैं 2008 तों जॉइन कीता है कॉलेज वैसे इसे कॉलेज में तुसी 2008 तों जी 2008 केड़ा सब्जेक्ट है सर तुहाडे कोल कंप्यूटर साइंस पढ़ा कितना रंगे जी हुण तक सफर 2008 तों बहुत वधिया जी ओके जी बहुत वधिया स्टूडेंट बहुत वधिया ने साडे बहुत वधिया बहुत वधिया जी बहुत वधिया मैं बहुत वधिया मैनेजमेंट है साडी हां जी हां जी ਤੇ 1991 ਤੋਂ ਸਾਡਾ ਇਹ ਕਾਲਜ ਜਿਹੜਾ ਚੱਲ ਰਿਹਾ ਹੈਗਾ ਲਾਸਟ ਈਅਰ ਬਾਬਾ ਜੀ ਦੀ ਰਹਿਨਮਾਈ ਦੇ ਵਿੱਚ ਵਧੀਆ ਜਿਹੜੇ ਨਵੇਂ ਕੋਰਸ ਇੰਟਰੋਡਿਊਸ ਕੀਤੇ ਆ ਕਾਲਜ ਦੇ ਵਿੱਚ ਅਸੀਂ ਜਿਵੇਂ BA BEd MA ਇੰਗਲਿਸ਼ MSc ਮੈਥ ਤੇ ਨਾਲ ਹੀ BSc ਐਗਰੀਕਲਚਰ MA ਹਿਸਟਰੀ ਨਵੇਂ ਕੋਰਸ ਇਸ ਸਾਲ ਲੈ ਕੇ ਆ ਰਹੇ ਹਾਂ ਸਟੂਡੈਂਟ ਨੂੰ ਔਰ ਉਮੀਦ ਕਰਦੇ ਹਾਂ ਪ੍ਰਮਾਤਮਾ ਸਾਨੂੰ ਹਿੰਮਤ ਬਖਸ਼ੇ ਤਾਂ ਕਿ ਇਸ ਕਾਲਜ ਨੂੰ ਤਰੱਕੀਆਂ ਵੱਲ ਬੁਲੰਦੀਆਂ ਵੱਲ ਅਸੀਂ ਸਾਰੇ ਟੀਮ ਦੇ ਸਹਿਯੋਗ ਦੇ ਨਾਲ ਅਸੀਂ ਲੈ ਕੇ ਜਾ ਸਕੀਏ ਬਿਲਕੁਲ ਬਿਲਕੁਲ ਜਿਹੜੇ ਤੁਹਾਡੇ ਸੁਪਨੇ ਨੇ ਤੁਸੀਂ ਜ਼ਰੂਰ ਉਹਨਾਂ ਪੂਰੇ ਕਰੋ ਤੁਸੀਂ ਕਿਹਾ ਸੀਗਾ ਵੀ ਬਾਬਾ ਜੀ ਇਹਨੂੰ ਬਾਬਾ ਜੀ ਕਹਿੰਦੇ ਹੋ ਜੀ ਇਹ ਸ਼੍ਰੀ ਹਰਮਾਨਸ ਦਾਸ ਜੀ ਬਾਬਾ ਨੇ ਜੀ ਅੱਛਾ ਜੀ ਅੱਛਾ ਜੀ ਤੁਸੀਂ ਇਹਨੂੰ ਬਾਬਾ ਜੀ ਪਿਆਰ ਨਾਲ ਬਾਬਾ ਜੀ ਉਹ ਕਹਿੰਦੇ ਨਹੀਂ ਹੈ ਤਾਂ ਜਵਾਨ ਹੈ ਜੀ ਹੈ ਜੀ ਚਲੋ ਬਹੁਤ ਵਧੀਆ ਜੀ ਪਿਆਰ ਨਾਲ ਸਤਿਕਾਰ ਦੇ ਨਾਲ ਹਨਾ ਬਿਲਕੁਲ ਸਤਿਕਾਰ ਬਹੁਤ ਵਧੀਆ ਲੱਗੇ ਗੱਲਬਾਤ ਕਰਕੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਸ਼ੁਭ ਨਾਮ ਮੇਰਾ ਨਾਮ ਜਗਦੀਸ਼ ਸਿੰਘ ਮਿੱਤਲ ਜੀ ਓਕੇ ਮਿੱਤਲ ਸਰ ਤੁਹਾਡੇ ਕੋਲ ਕਿਹੜਾ ਸਬਜੈਕਟ ਹੈ ਜੀ ਜਾਂ ਤੁਸੀਂ ਕਿਹੜੀ ਸੇਵਾ ਨਿਭਾ ਰਹੇ ਹੋ ਜੀ ਮੈਂ ਮੈਨੇਜਮੈਂਟ ਦੇ ਵਿੱਚ ਸੈਕਟਰੀ ਹਾਂ ਓਕੇ ਜੀ ਓਕੇ ਹਾਂਜੀ ਸਾਡਾ ਜਿਹੜਾ ਏਮ ਸੀ ਪੇਂਡੂ ਬੱਚਿਆਂ ਨੂੰ ਐਜੂਕੇਸ਼ਨ ਦੇਣੀ ਹਾਂਜੀ ਅਸੀਂ ਕੋ ਐਜੂਕੇਸ਼ਨ ਸ਼ੁਰੂ ਕੀਤਾ ਕਿਉਂਕਿ ਸਾਡੀਆਂ ਪੇਂਡੂ ਬੱਚੀਆਂ ਜਿਹੜੀਆਂ ਸੀ ਉਹ ਐਜੂਕੇਸ਼ਨ ਤੋਂ ਪਿੱਛੇ ਰਹਿ ਜਾਂਦੀਆਂ ਸੀ ਹਾਂਜੀ ਹਾਂਜੀ ਇਸ ਕਰਕੇ ਅਸੀਂ ਪਹਿਲੀ ਵਾਰੀ ਇੱਥੇ ਮਾਨਸਾ ਜ਼ਿਲ੍ਹੇ ਦਾ ਸਰਵੋੱਚ ਕਾਲਜ ਸਾਡਾ ਜਿਹੜਾ ਹੈ ਜਿੱਥੇ ਕੋ ਐਜੂਕੇਸ਼ਨ ਚੱਲਦੀ ਆ ਔਰ ਸਾਡੀ ਐਜੂਕੇਸ਼ਨ ਦਾ ਜਿਹੜਾ ਮਿਆਰ ਹੈ ਉਹ ਸਾਰੇ ਕਾਲਜਾਂ ਨਾਲੋਂ ਉੱਚਾ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਜੀ ਆ ਜਾਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਸੁਖਵਿੰਦਰ ਬਾਬਾ ਜੀ ਓਕੇ ਬਾਬਾ ਸਰ ਤੁਸੀਂ ਕੀ ਬਣਾਉਂਦੇ ਹੋ ਜੀ ਮੈਂ ਇੱਥੇ ਮੈਨੇਜਮੈਂਟ ਦੇ ਵਿੱਚ ਆਈ ਓਕੇ ਮੈਨੇਜਮੈਂਟ ਹੋ ਜੀ ਜਨਰਲ ਸੈਕਟਰੀ ਓਕੇ ਜੀ ਕਦੋਂ ਤੋਂ ਜੀ 1 ਸਾਲ ਤੋਂ ਸਾਲ ਹੋ ਗਿਆ ਜੀ ਹਾਂਜੀ ਕਿੰਨੇ ਦੀ ਲੰਗੀ ਜੀ ਲਾਈਫ ਹੁਣ ਤੱਕ ਦੀ ਵਧੀਆ ਲੰਗੀ ਜਾਂਦੀ ਹੈ ਜੀ ਓਕੇ ਜੀ ਬਹੁਤ ਵਧੀਆ ਬਾਬੇ ਤੁਹਾਨੂੰ ਤਰੱਕੀ ਦੇਣ ਜੀ ਕਾਲਜ ਨੂੰ ਵੀ ਹਾਂਜੀ ਤੁਹਾਨੂੰ ਵੀ ਪਰਿਵਾਰ ਨੂੰ ਵੀ ਸਾਨੂੰ ਤਾਂ ਐਂ ਵੀ ਹੁਣ ਜਿਵੇਂ ਤੁਸੀਂ MH1 ਵਾਲੇ ਆਉਂਦੇ ਹੋਗੇ ਇਹ ਪ੍ਰੋਗਰਾਮ ਤੁਹਾਡਾ ਇੰਨਾ ਅੱਜ ਦੀ ਜਨਰੇਸ਼ਨ ਦੇ ਵਿੱਚ ਫੇਮਸ ਹੋਇਆਗਾ ਮੈਨੂੰ ਬਹੁਤ ਵਧੀਆ ਲੱਗਿਆਗਾ ਥੈਂਕ ਯੂ ਸੋ ਮਚ ਸਰ ਸਾਰੇ ਕਰਕੇ ਤੁਹਾਡੇ ਕਰਕੇ ਸ਼ੁਕਰ ਤੁਹਾਡਾ ਕੀ ਨਾਮ ਜੀ ਪ੍ਰੋਫੈਸਰ ਕਾਸ਼ਦੀਪ ਸ਼ਰਮਾ ਜੀ ਓਕੇ ਸਰ ਤੁਸੀਂ ਕੀ ਕਰਕੇ ਦਿਖਾਓਗੇ ਜੀ ਮੈਂ ਜੀ ਆਪਣੇ ਹੀ ਕਾਲਜ ਦੀ ਸਿਫਤ ਕਿਉਂਕਿ ਮੇਰੀ ਕਰਮ ਭੂਮੀ ਹੈ ਇਹਦੀ ਸਿਫਤ ਦੇ ਵਿੱਚ ਹੀ ਦੋਕ ਲੈਣਾ ਕਹਾਂਗਾ ਟੱਪੇ ਦੇ ਰੂਪ 'ਚ ਜ਼ਰੂਰ ਜ਼ਰੂਰ ਕਿ ਤੁਹਾਨੂੰ ਜਨਰਲ ਨੌਲੇਜ ਹੈ ਸੋਹਣਿਆ ਕਿ ਤੁਹਾਨੂੰ ਜਨਰਲ ਨੌਲੇਜ ਹੈ ਪੰਜਾਬ ਦਿਆਂ ਕਾਲਜਾਂ ਵਿੱਚੋਂ ਹੈ ਪੰਜਾਬ ਦਿਆਂ ਕਾਲਜਾਂ ਵਿੱਚੋਂ ਟੌਪ ਨੈਸ਼ਨਲ ਕਾਲਜ ਹੈ ਸੋਹਣਿਆ ਟੌਪ ਨੈਸ਼ਨਲ ਕਾਲਜ ਹੈ ਥੈਂਕ ਯੂ ਸੋ ਮਚ ਬਹੁਤ ਸੋਹਣੀ ਆਵਾਜ਼ ਬਹੁਤ ਸੋਹਣੀ ਲੈਣਾ ਥੈਂਕ ਯੂ ਸੋ ਮਚ ਸਰ ਥੈਂਕ ਯੂ ਸੋ ਮਚ ਆਓ ਜੀ ਮੈਮ
हाँ जी हाँ जी की नाम है तोड़ा अमनदीप कौर तुसी की पढ़ाने मैं फैशन डिजाइन टीच कर दिया थे फैशन डिजाइनिंग मुंडे भी है क्या चके कुड़ियां नहीं कर रही नहीं सर ओनली गर्ल्स कर रही हैं थे सिर्फ कुड़ियां वाले हाँ जी ओके किधर किधर सब्जेक्ट होने नहीं है इधर विच होंगे या मैनेजमेंट टेक्नोलॉजी रिसर्च एलिमेंट्स ऑफ डिजाइन टप्पे कोई गाना कोई शेर कुछ भी सर मैं बोली सुनाऊंगी हाँ जी बोली सुना रही हाँ जी हाँ जी बोली पाओ जी बोली पाओ बाप मेरे ने वर लभ्या बाप मेरे ने वर लभ्या बई रंग तवे तो काला मी मन तवे तो काला बई कुड़िया मैनू मारन मेने कुड़ियां मैनू मारन मेने आ तेरे घर वाला नी कितों मेरे दर्द लग्या उचे पजामे वाला नी कितों मेरे दर्द लग्या ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਅਨੁਪਮ ਕੌਰ ਓਕੇ ਮੈਮ ਤੁਹਾਡੇ ਕੋਲ ਕਿਹੜਾ ਸਬਜੈਕਟ ਹੈ ਜੀ ਮੇਰੇ ਕੋਲ ਐਜੂਕੇਸ਼ਨ ਐਜੂਕੇਸ਼ਨ ਤੁਸੀਂ ਕਿੱਥੋਂ ਪੜ੍ਹਾਈ ਕੀਤੀ ਜੀ ਆਪਣੀ ਪੂਰੀ ਐਸਟੀ ਕਾਲਜ ਓਕੇ ਕੀ ਕੁਆਲੀਫਿਕੇਸ਼ਨ ਹੈ ਮੈਮ ਤੁਹਾਡੀ ਮੇਰੀ ਡਬਲ ਐਮਏ ਐਮਐਡ ਡਬਲ ਐਮਏ ਕੀਤੀ ਜੀ ਕਿਹੜੇ ਕਿਹੜੇ ਨੈਟ ਓਕੇ ਓਕੇ ਨੈਟ ਵੀ ਕਲੀਅਰ ਹੈ ਜੀ ਬਹੁਤ ਵਧੀਆ ਬਹੁਤ ਵਧੀਆ ਕੋਈ ਸੁਣਾਓਗੇ ਜੀ ਕੁਝ ਵੀ ਹਾਂਜੀ ਕੀ ਜੀ ਫੋਕ ਸੌਂਗ ਬਹੁਤ ਵਧੀਆ ਬਹੁਤ ਵਧੀਆ ਚੰਨ ਕਿੱਥਾਂ ਗੁਜ਼ਾਰੀ ਆਈ ਰਾਤ ਵੇ ਮੈਂਡਾ ਜੀ ਦਲੀਲਾਂ ਦੇ ਵਾਤ ਵੇ ਉਹ ਚੰਨ ਕਿੱਥਾਂ ਗੁਜ਼ਾਰੀ ਆਈ ਕੋਠੇ ਤੇ ਪਿਰ ਕੋਠੜਾ ਵੇ ਮਾਹੀ ਕੋਠੇ ਸੁੱਕਦੀ ਰੇਤ ਭਲਾ ਕੋਠੇ ਤੇ ਪਿਰ ਕੋਠੜਾ ਵੇ ਮਾਹੀ ਕੋਠੇ ਸੁੱਕਦੀ ਰੇਤ ਭਲਾ ਅਸਾਂ ਗੁਦਾਈਆਂ ਮੀਟੀਆਂ ਤੂੰ ਇਸ ਬਹਾਨੇ ਵੇਖ ਜਰਾ ਵੇ ਚੰਨ ਕਿੱਥਾਂ ਗੁਜ਼ਾਰੀ ਆਈ ਆਓ ਜੀ ਮੈਡਮ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਜੀ ਦੀਪਿਕਾ ਤੁਸੀਂ ਕੀ ਪੜ੍ਹਾਉਂਦੇ ਹੋ ਜੀ ਕੰਪਿਊਟਰ ਸਾਇੰਸ ਕੰਪਿਊਟਰ ਸਾਇੰਸ ਕਦੋਂ ਤੋਂ ਪੜ੍ਹਾ ਰਹੇ ਹੋ ਜੀ 9 ਸਾਲ ਹੋ ਗਿਆ ਇਸੇ ਕਾਲਜ 'ਚ ਹਾਂਜੀ ਹਾਂਜੀ ਇਸੇ ਕਾਲਜ 'ਚ ਬਹੁਤ ਵਧੀਆ ਆਪ ਕਿੱਥੋਂ ਪੜ੍ਹੇ ਹੋ ਜੀ ਮੈਂ ਪੰਜਾਬੀ ਯੂਨੀਵਰਸਿਟੀ MCA ਬਾਕੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਦੀ ਹਾਂ ਗੱਲਾਂ ਤਾਂ ਹੁੰਦੀਆਂ ਰਹਿੰਦੀਆਂ ਫਾਰਮਲ ਜੀਆਂ ਨੇ ਅਤੇ ਮੈਂ ਤੁਹਾਨੂੰ ਸਾਰਿਆਂ ਨਾਲ ਗੱਲ ਕਰਦੀ ਹਾਂ ਵੀ ਇੱਕ ਵਾਰੀ ਰਵਨੀਤ ਦਾ ਨਾ ਪੇਪਰ ਮੇਰੇ ਕੋਲ ਚੈੱਕ ਕਰਨਾ ਆ ਗਿਆ ਤੁਹਾਡੇ ਕੋਲ ਕਿਵੇਂ ਆ ਗਿਆ ਜੀ ਆ ਗਿਆ ਮੇਰੇ ਕੋਲ ਫਿਰ ਵੀ ਉਸਰ ਹੋਏ ਜੀ ਯੂਨੀਵਰਸਿਟੀ ਵੱਲੋਂ ਮੈਨੂੰ ਭੇਜਿਆ ਗਿਆ ਅੱਛਾ ਅਤੇ ਇਹ ਨਹੀਂ ਕਿ ਤੁਸੀਂ ਆਪ ਤਾਂ ਨਹੀਂ ਲਿਆ ਵੀ ਰਵਨੀਤ ਦਾ ਪੇਪਰ ਭੇਜੋ ਇਹੀ ਲਾ ਲਓ ਇਹੀ ਹਾਂਜੀ ਤੁਸੀਂ ਇਹ ਦੇਖੋ ਵੀ ਰਵਨੀਤ ਨੇ ਉਸ ਪੇਪਰ ਦੇ ਵਿੱਚ ਕੀ ਕੀਤਾ ਹੋਇਆ ਮੈਂ ਪੇਪਰ ਖੋਲਿਆ ਪੇਪਰ ਬੜਾ ਪੂਰਾ ਭਰਿਆ ਹੋਇਆ ਸੀ ਮੈਂ ਕਿਹਾ ਲੈ ਵਧੀਆ ਟੌਪ ਮੋਸਟ ਸਟੂਡੈਂਟ ਦਾ ਪੇਪਰ ਹੈ ਬੜਾ ਵਧੀਆ ਭਾਈ ਮੈਂ ਖੋਲਿਆ ਉਹ ਪੇਪਰ ਨੂੰ ਪੜ੍ਹ ਪੜ੍ਹ ਕਦੇ ਮੈਂ ਹੱਸਦੀ ਜਾਵਾਂ ਕਦੇ ਰੋਂਦੀ ਜਾਵਾਂ ਕਦੇ ਉਦਾਸ ਮੇਰੇ ਇਮੋਸ਼ਨ ਆਉਂਦੇ ਆਏ ਕੀ ਹੋਇਆ ਕਿ ਪੇਪਰ ਦੇ ਵਿੱਚ ਕੁਐਸਚਨ ਹੈ ਕੁਐਸਚਨ ਨੂੰ ਹੀ ਇਹਨੇ ਕੰਟੀਨੀ ਮੰਡੀਰ ਬਣਾ ਰੱਖਿਆ ਹੁਣ ਪੁੱਛਦਾ ਵੀ ਹਾਂ ਜੀ ਆਪਣਾ ਨਾਮ ਕੀ ਹੈ ਜੀ ਕੁਐਸਚਨ ਨੰਬਰ 1 ਆਪ ਹੀ ਜਵਾਬ ਆਪ ਹੀ ਸਵਾਲ ਠੀਕ ਹੈ ਜੀ ਵਾਹ ਬੜੇ ਸੋਹਣੇ ਲੱਗ ਰਹੇ ਬਹੁਤ ਵਧੀਆ ਆਪਣਾ ਏਰੀਆ ਕਿਹੜਾ ਜੀ ਅੱਛਾ ਜਾਵਾ ਪ੍ਰੋਗਰਾਮਿੰਗ ਵਾਹ ਜੀ ਵਾਹ ਅੱਛਾ ਕਿੱਥੇ ਰਹਿੰਦੇ ਹੋ ਸੈਕਸ਼ਨ ਹੈ ਵਾਹ ਜੀ ਵਾਹ ਬਹੁਤ ਹੀ ਵਧੀਆ ਮੈਂ ਵੀ ਜਿਵੇਂ ਦੱਸਿਆ ਵੀ ਮੇਰੇ ਇਮੋਸ਼ਨ ਕਦੇ ਹੱਸਦੀ ਦੇ ਕਦੇ ਰੋਂਦੀ ਨੇ ਮੈਨੇ ਵੀ 2 ਜ਼ੀਰੋਆਂ ਦੇਤੀਆਂ ਇੱਕ ਸਮਾਈਲੀ ਫੇਸ ਬਣਾਤਾ ਅਤੇ ਇੱਕ ਉਦਾਸ ਰੋਂਦਾ ਆ ਬਣਾਤਾ ਥੈਂਕ ਯੂ ਸੋ ਮਚ ਜੀ ਸ਼ੁਕਰ ਜੀ ਪੇਪਰ ਵਧੀਆ ਲੱਗੇ ਪੇਪਰ ਚੈੱਕ ਬਹੁਤ ਵਧੀਆ ਥੈਂਕ ਯੂ ਸੋ ਮਚ ਬਹੁਤ ਵਧੀਆ ਮੈਡਮ ਬਹੁਤ ਵਧੀਆ ਸੋ ਟੀਚਰਸ ਨਾਲ ਮੈਨੇਜਮੈਂਟ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਿਆ ਹੁਣ ਤੁਹਾਨੂੰ ਦਿਖਾਉਂਦੇ ਹਾਂ ਜੀ ਕਾਲਜ ਦਾ ਮਲਵਈ ਗਿੱਧਾ ਸੁਣੋ ਹਾਣੀਓ ਸੁਣੋ ਬੈਲੀਓ ਜਦ ਵੀ ਗਿੱਧੇ ਵਿੱਚ ਆਈਏ ਬਈ ਧਰਤੀ ਮਾਂ ਨੂੰ ਮੱਥਾ ਟੇਕ ਕੇ ਹੋ ਧਰਤੀ ਮਾਂ ਨੂੰ ਮੱਥਾ ਟੇਕ ਕੇ ਫਿਰ ਸਾਜਾਂ ਨੂੰ ਹੱਥ ਲਾਈਏ ਬਈ ਚਾਰ ਸਪੇਰੇ ਲੋਕ ਖੜੇ ਨੇ ਸਭ ਨੂੰ ਫਤਿਹ ਬੁਲਾਈਏ ਜੋਰ ਜ਼ਬਾਨੀ ਦਾ ਗਿੱਧੇ ਵਿੱਚ ਦਿਖਾਈਏ ਜੋਰ ਜ਼ਬਾਨੀ ਦਾ ਗੱਲ ਜੀ ਮੈਂ ਤੁਹਾਡਾ ਆਪਣਾ ਰਵਨੀਤ ਥੈਂਕ ਯੂ ਸੋ ਮਚ ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ ਨਾਲ ਦੇ ਨਾਲ MH1 ਕੰਟੀਨਿਊ ਮੀਡੀਆ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ ਸਤਿ ਸ਼੍ਰੀ ਅਕਾਲ ਚਲੋ ਜੀ ਬਹੁਤ ਇੰਜੋਏ ਕੀਤਾ ਨੈਸ਼ਨਲ ਕਾਲਜ ਪਿੱਕੀ ਅਗਲੇ ਹਫਤੇ ਇੱਕ ਹੋਰ ਕਾਲਜ ਦੇ ਵਿੱਚ ਮਿਲਾਂਗੇ ਕੀਪ ਵਾਚਿੰਗ MH1 ਸ਼ੋਅ ਨੂੰ ਪਿਆਰ ਕਰਦੇ ਰਹੋ ਰਵਨੀਤ ਵੱਲੋਂ ਬਾਏ ਬਾਏ ਜੀ ਭੋਲ ਕਿਤੇ ਦੱਸ ਪਾਈਏ ਮੁੰਡੇ ਰਹੋ